ਮਲੇਰਕੋਟਲਾ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਮੁੱਠਭੇੜ ਲਗਾਤਾਰ ਜਾਰੀ ਹੈ। ਹਾਲਾਤ ਬੇਕਾਬੂ ਹੋ ਚੁੱਕੇ ਨੇ। ਜਿਹੜੇ ਕਿਸਾਨ ਨੇ ਤਕਰੀਬਨ 10 ਕਿਲੋਮੀਟਰ ਤੋਂ ਪੈਦਲ ਚੱਲ ਰਹੇ ਨੇ। ਪੁਲਿਸ ਦੇ ਵੱਲੋਂ ਜਿਹੜੇ ਹੈਗੇ ਨੇ ਕਿਸਾਨਾਂ ਦੇ ਸਾਧਨ ਰੋਕ ਲਏ ਗਏ ਸੀ, ਪਰ ਰਸਤੇ ਬੰਦ ਕਰ ਦਿੱਤੇ ਗਏ ਸੀ, ਪਰ ਤਕਰੀਬਨ 15 ਦੇ ਲਗਭਗ ਬੈਰੀਕੋਡ ਤੋੜ ਕੇ ਕਿਸਾਨ ਅੱਗੇ ਵੱਧ ਗਏ ਨੇ। ਮਲੇਰਕੋਟਲਾ ਸ਼ਹਿਰ ਕਿਸਾਨਾਂ ਦੇ ਵੱਲੋਂ ਪਾਰ ਕਰ ਲਿਆ ਗਿਆ। ਤਕਰੀਬਨ 15 ਦੇ ਲਗਭਗ ਬੈਰੀਗੇਡ ਤੋੜਦੇ ਹੋਏ ਮਲੇਰਕੋਟਲਾ ਸ਼ਹਿਰ ਕਿਸਾਨਾਂ ਦੇ ਵੱਲੋਂ ਪਾਰ ਕਰ ਲਿਆ ਗਿਆ। ਅਤੇ ਹੁਣ ਆ ਕੇ ਇਹ ਜਿਹੜੇ 2 ਟਰੱਕ ਦੇਖ ਸਕਦੇ ਹੋ, ਇਹ ਟਰੱਕ ਹੁਣ ਕਿਸਾਨਾਂ ਦੇ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਲਗਾ ਦਿੱਤੇ ਗਏ ਨੇ। ਤਾਂ ਹਾਲਾਤ ਬੇਕਾਬੂ ਹੋ ਚੁੱਕੇ ਨੇ ਲਗਾਤਾਰ। ਅਗਰ ਆਪਾਂ ਗੱਲ ਕਰੀਏ, ਹਾਲਾਤ ਬੇਕਾਬੂ ਨੇ, ਕਿਸਾਨ ਲਗਾਤਾਰ ਅੱਗੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਕਿਤੇ ਨਾ ਕਿਤੇ ਪੁਲਿਸ ਦਾ ਇਹੀ ਮਕਸਦ ਆ ਕਿ ਕਿਸਾਨਾਂ ਨੂੰ ਰੋਕਿਆ ਜਾਵੇ, ਪਰ ਹੁਣ ਇਹ ਟਰੱਕ ਵੀ ਪੁਲਿਸ ਦਾ ਵੱਲੋਂ ਕਿਤੇ ਪਿੱਛੇ ਕੀਤਾ ਜਾ ਰਿਹਾ। ਤਾਂ ਹਾਲਾਤ ਦੇਖ ਸਕਦੇ ਹੋ, ਮਲੇਰਕੋਟਲਾ ਤੋਂ ਅੱਗੇ ਜਿਹੜੇ ਕਿਸਾਨ ਨੇ ਉਹ ਪਾਰ ਕਰ ਚੁੱਕੇ ਨੇ, ਅਤੇ ਇਹੀ ਲਗਾਤਾਰ ਕੋਸ਼ਿਸ਼ਾਂ ਨੇ ਕਿ ਇਹ ਜਿਹੜਾ ਬੈਰੀਗੇਟ ਆ ਇਹ ਤੋੜ ਕੇ ਫਿਰ ਕਿਸਾਨ ਅੱਗੇ ਵੱਧ ਜਾਣ। ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੋਂ ਕਿਸਾਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਇੱਥੋਂ ਤਕਰੀਬਨ 1 ਕਿਲੋਮੀਟਰ ਜਿਹੜਾ ਹੈਗਾ ਸਿਰਫ ਪੈਦਲ ਰਸਤਾ ਰਹਿ ਗਿਆ ਕਿਸਾਨਾਂ ਦਾ। ਇਹ ਟਰੱਕ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਹੜੇ ਟਰੱਕ ਨੂੰ ਹੁਣ ਕਿਸਾਨ ਪਿੱਛੇ ਕਰ ਰਹੇ ਨੇ। ਤਾਂ ਹਾਲਾਤ ਬੇਕਾਬੂ ਨੇ, 15 ਦੇ ਲਗਭਗ ਬੈਰੀਗੇਡ ਕਿਸਾਨਾਂ ਦੇ ਵੱਲੋਂ ਤੋੜ ਦਿੱਤੇ ਗਏ ਨੇ। ਐਸ ਐਸ ਪੀ ਮਲੇਰਕੋਟਲਾ ਲਗਾਤਾਰ ਹਰ ਇੱਕ ਮਾਹੌਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। DSP SP ਹਰ ਇੱਕ ਅਫਸਰ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ, ਪਰ ਹਾਲਾਤ ਇੰਨੇ ਕੁ ਬੇਕਾਬੂ ਹੋ ਚੁੱਕੇ ਨੇ ਕਿ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਕਿਸਾਨ ਨੇ ਉਹ ਅੱਗੇ ਵੱਧ ਗਏ। ਇਹ ਰਸਤੇ ਦੇ ਵਿੱਚ ਜਿਹੜਾ ਟਰੱਕ ਆ ਇਹ ਲਗਾ ਕੇ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮਾਹੌਲ ਕਿਸਾਨ ਨੇ ਉਹਨਾਂ ਨੂੰ ਰੋਕਿਆ ਜਾਵੇ, ਪਰ ਹਾਲਾਤ ਬੇਕਾਬੂ ਹੋਏ ਨੇ ਅਤੇ ਕਿਸਾਨ ਲਗਾਤਾਰ ਇੱਕ ਜਿੱਦ ਦੇ ਉੱਪਰ ਨੇ ਕਿ ਅਸੀਂ ਸਾਡੀ ਉਹ ਜ਼ਮੀਨ ਦੇ ਉੱਪਰ ਪਹੁੰਚ ਕੇ ਉੱਥੇ ਕਬਜ਼ਾ ਕਰਨਾ। ਮਲੇਰਕੋਟਲਾ ਤੋਂ ਚਰਨਜੀਤ ਕੌਸ਼ਲ, ਨਿਊਜ਼ 18 ਪੰਜਾਬ।